ਹਾਂਜੀ ਅਸਲਾਮੁਆਲੇ ਤੁਹਾਨੂੰ ਲੋਜੀ ਮੈਂ ਵੀਡੀਓ ਲੈ ਕੇ ਆ ਗਿਆ ਜਿੱਦੇ ਵਿੱਚ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਅਸੈਨ ਯੂਨੀਕਲ ਫੈਮਿਲੀ ਆ ਰਿਹਾ ਹੈ ਆਮ ਤਦ ਮੰਗਦਾ ਤੁਸੀਂ ਕਿਵੇਂ ਕਰਨਾ ਹੈ ਇਹ ਮੈਂ ਤੁਹਾਨੂੰ ਸਾਰਾ ਤਰੀਕਾ ਕਰ ਦੱਸਾਂਗਾ ਜੇ ਨਵੇਂ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਵੀਡੀਓ ਨੂੰ ਬੱਦ ਬੱਦ ਸ਼ੇਅਰ ਕਰੋ ਕਿ ਬਾਕੀ ਨਹੀਂ ਫੈਲ ਪੋ ਸਕੀਏ ਔਰ ਜੇ ਤੁਹਾਡੇ ਫੈਮਿਲੀ ਮੈਂਬਰ ਜੇ ਤੁਹਾਡੇ ਕੋਈ ਕਾਰੀ ਕੋ ਤੁਹਾਡੇ ਘਰ ਰਹਿੰਦਾ ਵੇ ਤੇ ਤੁਸੀਂ ਉਹਦੇ ਪੈਸੇ ਕਿਵੇਂ ਲੈ ਸਕਦੇ ਹੋ ਇਸ ਤਮੰਦੇ ਥਰੂ ਲੈ ਸਕਦੇ ਹੋ ਔਰ ਉਹਨਾਂ ਦੇ ਉਹਨਾਂ ਦੇ ਕਰਕੇ ਤੁਹਾਡਾ ਟੈਕਸ ਵੇਰਾ ਕੱਟ ਕਿਵੇਂ ਕਟਿਆ ਕਟਿਆ ਜਾਏਗਾ ਇਸ ਤਮੰਦੇ ਥਰੂ ਕਟਿਆ ਜਾਏ ਤੇ ਫਿਰ ਅਗਲੀ 3 ਜੂਨ ਤੱਕ ਇਹ ਹੁੰਦਾ ਇੱਕ ਸਾਲੀ ਦਮਾਂ ਦਾ ਹੁੰਦਾ ਏ ਠੀਕ ਹੈ ਹਰ ਸਾਲ ਕਰਨਾ ਹੁੰਦਾ ਜਿਹਦੇ ਵਿੱਚ ਤੁਸੀਂ ਬੂ ਬੂ ਇੰਪਸਟ ਤੇ ਜਾ ਕੇ ਹੋਮ ਪੇਜ ਨੂੰ ਕਲਿੱਕ ਕਰਕੇ ਸਰਚ ਬਾਰ ਤੇ ਵਿੱਚ ਐਨ ਐਫ ਲਿਖਣਾ ਤੇ ਐਥ ਲੈ ਆਪਸ਼ਨ ਆ ਜਾਏਗਾ ਤੁਹਾਡੇ ਕੋਲੇ ਜਿਹੜਾ ਤੁਸੀਂ ਕਲਿੱਕ ਕਰਨਾ ਇਹ ਵਾਲਾ ਇਹਨੂੰ ਕਲਿੱਕ ਕੀਤਾ ਜੀ ਅਸੀਂ ਜੇ ਤੁਸੀਂ ਚਾਹਦੇ ਹੋ ਪੈਸੇ ਤੁਹਾਡੇ ਕੱਟ-ਕੱਟ ਹੋਣ ਟੈਕਸ ਵਾਰ ਕੱਟ-ਕੱਟ ਹੋਵੇ ਔਰ ਪਲੱਸ ਤੁਹਾਨੂੰ ਇੰ ਇਸੇ ਨਹੀਂ ਨਿਕਲ ਫੇਮ ਯਾਰ ਦੇ ਜਿਹੜੇ ਪੈਸੇ ਮਿਲਦੇ ਨੇ ਉਹ ਮਿਲਣ ਜਿਹਦੇ ਵਿੱਚ ਮੈਂ ਡਿਟੇਲ ਨਾਲ ਵੀਡੀਓ ਬਣਾ ਚੁੱਕਿਆ ਹਾਂ ਜੇ ਤੁਸੀਂ ਜਾਂਦੇ ਹੋ پیسے ਮਿਲਣ ਤਾਂ ਇਹ ਤੁਸੀਂ ਤਰੀਕਾ ਕਰ ਹੈ ਇਹ ਇਹ ਅਚੇ ਦੀ ਸਰਵਿਸ ਨੂੰ ਕਲਿੱਕ ਕਰਨਾ ਜੀ ਅਚੇ ਦੇ ਸਰਵਿਸ ਨੂੰ ਕਲਿੱਕ ਕੀਤਾ ਹੈ ਇਹਦੇ ਵਿੱਚ ਤੁਸੀਂ ਇਹ ਦੇਖੋਗੇ ਦੂਸਰੇ ਤੀਸਰੇ ਨੰਬਰ ਤੇ ਲਿਖਿਆ ਹੋਇਆ ਹੈ ਅਸੇ ਨੇ ਨਿਕਲ ਫੇਮਾਇਰ ਬਲ ਬੋਟਰੀ ਡਿਪੈਂਡਾਂਦੀ ਅਜ਼ੰਦੇ ਐਟਟਿਵੇ ਇਹਨਾਂ ਨੂੰ ਕਲਿੱਕ ਇਹ ਨੂੰ ਕਲਿੱਕ ਕਰਨਾ ਜੀ ਅਗੇ ਲੋ ਜੀ ਜੇ ਤੁਸੀਂ ਇੰਪਸ ਬਣਾਉਣ ਦਾ ਇੰਪਸ ਦੀ ਪਿੰਨ ਬਣਾਉਣ ਦਾ ਵੀ ਤਰੀਕਾ ਦੱਸਿਓ ਹੈ ਸਪੀਡ ਬਣਾਉਣ ਦਾ ਵੀ ਤਰੀਕਾ ਦੱਸਿਓ ਹੈ ਜੀ ਤੇ ਜਦ ਤੁਸੀਂ ਇੱਥੇ ਲੌਗਇਨ ਕਰੋਗੇ ਲੌਗਇਨ ਕਰਨ ਤੋਂ ਸੂਵੀ ਦਵਾ ਦ ਤੁਹਾਡੇ ਕੋਲ ਇਸ ਤਰ੍ਹਾਂ ਦਾ ਇੱਕ ਇੰਟਰਫੇਸ ਖੁੱਲੇਗਾ ਬੇਸਿਕਲੀ ਸੈਨੀ ਨਿਊਕਲ ਫੈਮਿਲੀ ਹੈ ਜਿਹੜਾ ਕਿ ਇਹਦੇ ਵਿੱਚ ਤੁਹਾਨੂੰ ਬੈਨੀਫਿਟ ਹੁੰਦਾ ਹੈ ਕਿ ਤੁਹਾਡੇ ਟੈਕਸ ਵੀ ਘੱਟ-ਘੱਟ ਹੁੰਦਾ ਹੈ ਔਰ ਉਹਦੇ ਤੋਂ ਇਲਾਵਾ ਤੁਸੀਂ ਤੁਹਾਨੂੰ ਪੈਸੇ ਵੀ ਫੈਮਿਲੀ ਵਗੈਰਾ ਜਿਹੜੇ ਫੈਮਿਲੀ ਮੈਂਬਰ ਜਾਂ ਤੁਹਾਡੇ ਘਰ ਤੁਹਾਡੇ ਬੰਦੇ ਰਹਿੰਦੇ ਨੇ ਵੇ ਜਿਹੜੇ ਤੁਹਾਡੇ ਤੇ ਕਾਰੀ ਕੋਨੇ ਉਹਨਾਂ ਦੇ ਪੈਸੇ ਵੀ ਤੁਹਾਨੂੰ ਮਿਲ ਸਕਣ ਕਿ ਉਹ ਬੰਦੇ ਦੇ ਅਰਦ ਕਰ ਗੋ ਤੁਸੀਂ ਗੱਲੇ ਕੰਮ ਕਰਨ ਵਾਲੇ ਉਤੇ ਇਹਦੇ ਤੋਂ ਬਾਅਦ ਜਦ ਇਹ ਇੰਟਰਫੇਸ ਖੁੱਲੇਗਾ ਫਿਰ ਤੁਸੀਂ ਇਹ ਨਵੋਦ ਮੰਦ ਨੂੰ ਕਲਿੱਕ ਕਰਨਾ ਹੈ ਨਵੋਦ ਮੰਦਾਂ ਤੇ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਇੰਟਰਫੇਸ ਖੁੱਲੇਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਉੱਤੇ ਦਮੰਦ ਜਿਹੜੇ ਹੋਏ ਨੇ ਇਹ ਥੱਲੇ ਵਾਲਾ ਦਮੰਦ ਜਿਹੜਾ ਹੈ 1 7 2020 2 3 6 2021 ਤੱਕ ਨਹੀਂ ਅਜੇ ਹੋਇਆ ਇਸ ਕਰਕੇ ਤੁਸੀਂ ਨਵੋਦ ਮੰਦਾਂ ਕਰਨਾ ਕਲਿੱਕ ਨਵੋਦ ਮੰਦਾਂ ਤੇ ਕਲਿੱਕ ਕਰਨਾ ਹੈ ਤੁਹਾਨੂੰ ਨਵੋ ਤੇ ਇਸ ਤਰ੍ਹਾਂ ਦਾ ਇੰਟਰਫੇਸ ਖਿਲੇਗਾ ਜਿੱਥੇ ਤੁਸੀਂ ਇਹ ਦਾਤੀ ਪੂਰੀ ਕੰਪਲੀਟ ਕਰਨੀ ਹੈ ਜਿੱਥੇ ਅਜੰਡੇ ਦਾ ਕੁਝ ਫਿਸਕਾਲੇ ਵਗੈਰਾ ਲਿਖਣੀ ਹੈ ਠੀਕ ਹੈ ਤੇ ਇਹਦੇ ਤੋਂ ਇਲਾਵਾ ਜੇ ਤੁਸੀਂ ਪਿਛਲੇ ਸਾਲ ਕੀਤਾ ਹੈ ਤਾਂ ਤੁਹਾਡੀ ਸਾਰ ਡਿਟੇਲ ਵਗੈਰਾ ਇਹਨਾਂ ਨੂੰ ਪਹਿਲੇ ਹੀ ਪਤਾ ਹੋਵੇਗੀ ਇੱਥੇ ਤੁਹਾਡੇ ਨੋਮੇ ਕੁਨਿਓਮੇ ਇਸ ਤਰ੍ਹਾਂ ਦੀ ਸਾਰੀ ਕੁਝ ਫਿਸਕਾਲੇ ਵਗੈਰਾ ਸਭ ਕੁਝ ਲਿਖਿਆ ਹੋਣਾ ਮੁਕੰਮਲ ਡਿਟੇਲ ਫਿਰ ਉਸ ਤੋਂ ਬਾਅਦ ਤੁਸੀਂ ਕੁਨਿਯਾ ਤੋਂ ਕੋਨੀਗਾ ਤੋਂ ਕਹਿੰਨੇ ਕਿ ਸ਼ਾਦੀशुदा ਤੁਸੀਂ ਇਹ ਬਿਗੈਰ ਸ਼ਾਦੀ ਹੋ ਸ਼ਾਦੀशुदा ਤਾਂ ਫਿਰ ਤੁਹਾਨੂੰ ਸ਼ਾਦੀशुदा ਹੁੰਦੀ ਡੇਟ ਵੀ ਤੇ ਲਿਖਣੀ ਪੈਣੀ ਹੈ ਐ ਨੰਬਰ ਵਗੈਰਾ ਐਡਰੈਸ ਵਗੈਰਾ ਇਹ ਉਹ ਸ ਉਮੀਦ ਹੈ ਜੇ ਆਪੇ ਕਰੋਗੇ ਤੇ ਤੁਸੀਂ ਦੇ ਲੋਗੇ ਫਿਰ ਅਵੰਤੀ ਨੂੰ ਕਲਿੱਕ ਕਰਨਾ ਉਤੋ ਜੀ ਅਵੰਤੀ ਨੂੰ ਕਲਿੱਕ ਕਰੀ ਜਾਣਾ ਅਵੰਤੀ ਨੂੰ ਕਲਿੱਕ ਕਰੋਗੇ ਤੇ ਇਸ ਤਰ੍ਹਾਂ ਦਾ ਇੱਕ ਪੇਜ ਤੁਹਾਡੇ ਸਾਹਮਣੇ ਖੁੱਲੇਗਾ ਜਿਹਦੇ ਵਿੱਚ ਤੁਸੀਂ ਆਪਣੇ ਜੇ ਫੈਮਿਲੀ ਮੈਂਬਰ ਕੋਈ ਐਡ ਕਰਨਾ ਹੈ ਤੇ ਸਲਵਾ ਫੈਮਿਲੀ ਆਰੇ ਕਰਕੇ ਅੱਗੇ ਐਡ ਕਰਨਾ ਚਾਹੇ ਜਾਂ ਚਿਲਾਰੇ ਕਰਨਾ ਚਾਹੇ ਕੋਈ ਵਰਨਾ ਕਰਨਾ ਚਾਹੇ ਉਦੋਂ ਫੈਮਿਲੀ ਜਗ੍ਹਾ ਵਿੱਚ ਚਲਾਗੇ ਤੇ ਜਾਂ ਤੁਹਾਡੇ ਅਧਿਕਾਰ ਹੀ ਨਹੀਂ ਹੈ ਤੇ ਫਿਰ ਤੁਸੀਂ ਕੰਚਲਾ ਦੇ ਕੰਦਾ অপਸ਼ਨ ਵਿੱਚ ਹੈ ਜਾਂ ਕੋਈ ਵੀ ਮਸਲੇ ਵਿੱਚ ਪ੍ਰੋਬਲਮ ਵਿੱਚ ਇਹ ਤੁਹਾਡੇ ਨਾਲ ਨਹੀਂ ਰਹਿ ਗਿਆ ਸੈਪਟਰ ਟੋਕ ਹੈ ਕੋਈ ਵੀ ਸਾਫਤਾਬ ਹੈ ਜੇ ਕਿਸਲਵਾਰੇ ਕਰਨਾ ਹੈ ਤਾਂ ਫਿਰ ਅੱਗੇ ਤੁਸੀਂ ਐਡ ਕਰਨਾ ਨੇ ਜਿਹੜਾ ਤੁਸੀਂ ਫੈਮਿਲੀ ਮੈਂਬਰ ਨੇ ਜਾਂ ਬੱਚਾ ਪੈਦਾ ਹੋ ਗਿਆ ਕਿਸੇ ਦੇ ਤੇ ਐਡ ਕਰਨਾ ਬੱਚੇ ਪੈਦਾ ਹੋ ਗਿਆ ਪਹਿਲੇ ਨਹੀਂ ਸੀ ਇਹ ਹੁਣ ਆਇਆ ਹੈ ਤੇ ਇੱਥੇ ਫਿਰ ਐਡ ਕਰਨਾ ਬੱਚੇ ਨੂੰ ਇਹਦੇ ਵਿੱਚ ਪਲੱਸ ਇਹ ਜਦ ਤੁਸੀਂ ਐਡ ਕਰੋਗੇ ਤਾਂ ਥੱਲੇ ਜਿਹੜਾ ਬੱਚੇ ਦਾ ਅ ਕੋਈ ਜੀ ਵਿਸਾਲ ਵਗੈਰਾ ਐਚੇਗਾ ਤਾਂ ਤੁਹਾਨੂੰ ਉਹਦੀ ਡਿਟੇਲ ਵਗੈਰਾ ਆਨਲਾਈਨ ਪੂਵੀਗੀ ਵੈਰੀਫਿਕੇਸ਼ਨ ਹੋ ਜਾਏਗੀ ਫਿਰ ਤੁਸੀਂ ਇੱਥੇ ਅਵੰਤ ਹੀ ਕਰਨਾ ਹੈ ਜਦ ਤੁਸੀਂ ਆਪਣੇ ਫੈਮਿਲੀ ਮੈਂਬਰ ਜਿਹੜੇ ਨੇ ਉਹਨਾਂ ਦੇ ਚੈੱਕ ਕਰ ਲੈਣਾ ਵੀ ਸਭਾਂ ਦੇ ਨਾਂ ਪਤੇ ਹੋਏ ਲਿਖੇ ਹੋਏ ਨੇ ਸਾਰਾ ਕੁਝ ਠੀਕ ਹੈ ਉਹਦੇ ਤੋਂ ਬਾਅਦ ਇਹ ਮੋਸਟ ਇੰਪੋਰਟੈਂਟ ਜਿਹਦੇ ਵਿੱਚ ਤੁਸੀਂ ਆਪਣਾ ਰੈਡੀ ਤੋਂ ਲਿਖਣਾ ਹੈ ਰੈਡ ਤੋਂ ਜਿਹੜਾ ਲਿਖਣਾ ਤੁਸੀਂ ਪਿਛਲੇ ਸਾਲ ਦਾ ਔਰ ਯਾਨੀ ਕਿ ਇਹ ਤੁਹਾਨੂੰ 730 ਇੱਥੇ 730 ਦਾ ਲਿਖਣਾ ਹੈ ਮਤਲਬ 730 ਤਾਂ ਅ ਜਿਹਦੇ ਤੋਂ ਰਾਜਤ ਤੁਸੀਂ ਮੇਰੇ ਨਾਲ 3 ਰੈਡੀ ਤੋਂ ਵਗੈਰਾ ਇਹ ਸਾਰਾ ਤੁਹਾਨੂੰ ਔਰ ਟੋਟਲ ਰੈਡੀ ਤੋਂ ਇੱ ਇਹ ਮੋਸਟ ਇੰਪੋਰਟੈਂਟ ਹੈ ਇਹ ਪਾਰਟ ਉਹਦੇ ਜਿਹੜਾ ਕਿ ਜਿੱਥੋਂ ਤੁਸੀਂ ਅਲਤਰੀ ਰੈਡੀ ਤੋਂ ਔਰ ਰੈਡੀ ਤੋਂ ਜਿਹੜਾ ਇਹ ਦੇਬੰਧਨ ਤੇ ਤੁਸੀਂ ਇੱਥੋਂ ਲੈਣਾ ਵੇ ਸਿੱਤੇ ਤਰਨਤਾ ਦੇ ਉੱਤੇ ਲਿਖਿਆ ਹੋਣਾ ਹੈ ਜੇ ਤੁਸੀਂ ਇਸ ਵਿੱਚ ਇਹ ਮੋਸਟ ਇੰਪੋਰਟੈਂਟ ਪਾਰਟ ਹੈ ਜਿਹੜਾ ਤੁਸੀਂ ਕੰਪਾਈਲਰੇ ਕਰਨਾ ਹੈ ਜੇ ਇਸ ਵਿੱਚ ਪ੍ਰੋਬਲਮ ਆਵੇ ਤਾਂ ਤੁਸੀਂ ਕਿਸੇ ਕੋਲੋਂ ਸਲਾਹ ਵੀ ਲੈ ਸਕਦੇ ਹੋ ਫਿਰ ਉਹਨੂੰ ਅਵੰਤ ਹੀ ਕਰਕੇ ਬੇਸਿਕਲੀ ਇਸ ਨੂੰ ਅਸੀਂ ਅਵੰਤ ਹੀ ਕੀਤਾ ਜਿਸ ਟਾਈਮ ਅਸੀਂ ਕੰਪਾਈਲਰੇ ਕਰ ਲਿਆ ਤੇ ਤੁਸੀਂ ਕਿਸੇ ਐਕਸਪਰਟ ਦੀ ਤੁਸੀਂ ਸਲਾਹ ਲੈਣਾ ਚਾਹੋ ਤਾਂ ਇਸ ਵਿੱਚ ਦੇ ਵਿੱਚ ਜਿੱਦੋਂ ਕੋਲ ਤੁਸੀਂ ਸਿੱਧੇ ਤਰ੍ਹਾਂ ਤਾਂ ਮਿਸਾਲ ਤੋਂ ਬਣਾਇਆ ਉਹਦੀ ਸਲਾਹ ਤੁਸੀਂ ਲੈ ਸਕਦੇ ਹੋ ਮਾੜੀ ਜੀ ਜੇ ਕੋ ਤੁਹਾਨੂੰ ਸ਼ੱਕ ਸ਼ੁਬਾਤ ਹੋਣ ਤੇ ਕਿਉਂਕਿ ਮੋਸਟ ਇੰਪੋਰਟੈਂਟ ਹੈ ਇੱਥੇ ਵੀ ਤੁਸੀਂ ਸਭ ਤੋਂ ਪਹਿਲੇ ਤਰੀਕੇ ਨਾਲ ਕਲਿੱਕ ਕਰਨਾ ਜੇ ਤੁਸੀਂ ਇਕੱਲੇ ਕੰਮ ਕਰਦੇ ਹੋ ਨਾਰਮਲੀ ਬੰਦਾ ਇਕੱਲੇ ਹੀ ਕੰਮ ਕਰਦਾ ਹੈ ਬਾਕੀ ਫੈਮਿਲੀ ਮੈਂਬਰ ਕੰਮ ਨਹੀਂ ਕਰ ਰਹੇ ਹੁੰਦੇ ਜੇ ਫੈਮਿਲੀ ਮੈਂਬਰ ਕਰ ਰਹੇ ਹੋਣ ਕੰਮ ਤੇ ਫਿਰ ਤੁਸੀਂ ਦੂਸਰੇ ਆਪਸ਼ਨ ਨੂੰ ਕਲਿੱਕ ਕਰਨਾ ਹੈ ਫਿਰ ਇੱਥੇ ਆਵੰਤ ਹੀ ਕਰਨਾ ਜੀ ਜੇ ਫੈਮਿਲੀ ਮੈਂਬਰ ਹੋਰ ਕਾਮਰ ਰਿਪਰ ਕਰਨੇ ਹੋਣ ਤੇ ਉਹਨਾਂ ਦੀ ਫਿਰ ਡਿਟੇਲ ਵਗੈਰਾ ਦੇਣੀ ਪਵੇਗੀ। ਆਵੰਤੀ ਕਰਨਾ ਜੇ ਤੁਸੀਂ ਇਕੱਲੇ ਕਰ ਰਹੇ ਹੋ ਉੱਤੇ ਕਲਿੱਕ ਕੀਤਾ ਜੀ ਆਵੰਤੀ ਕਰ ਦਿੱਤਾ। ਨੈਕਸਟ ਇਸ ਤਰ੍ਹਾਂ ਦਾ ਪੇਜ ਆ ਕੇ ਰਿਪੀਲ ਹੋ ਜਾਨੀ ਕਿ ਤੂੰ ਸਾਰਾ ਜਿਹੜਾ ਔਰ ਖੁੱਲ ਜਾਏਗਾ ਜਿਹੜਾ ਤੁਸੀਂ ਦਮੰਦਾ ਅਸੀਂ ਨਹੀਂ ਨਿਕਲੀ ਫੈਮਿਲੀ ਆਰ ਦਾ ਕੀਤਾ ਹੋਇਆ ਸਾਰੀ ਡਿਟੇਲ ਤੁਹਾਡੇ ਸਾਹਮਣੇ ਆ ਜਾਏਗੀ। ਸਾਰੀ ਡਿਟੇਲ ਸਾਹਮਣੇ ਆਣ ਦੇ ਨਾਲ ਤੁਸੀਂ ਥੱਲੇ ਦਾ ਦੇਖ ਸਕਦੇ ਹੋ ਜਿਹੜਾ ਤੁਸੀਂ ਦਮੰਦਾ ਫਿਲ ਕੀਤਾ ਸਾਰੀਆਂ ਚੀਜ਼ਾਂ ਕਰੈਕਟਲੀ ਭਰੀਆਂ ਨੇ ਸਾਰੇ ਮੁਕੰਮਲ ਸਾਰੇ ਫੈਮਿਲੀ ਮੈਂਬਰ ਜਿਹੜੇ ਪਾਰਟ ਸ਼ੜਨੇ ਨੇ ਤੇ ਜਿਹ ਆਜੇਗਾ ਕਨਫਰਮੇਸ਼ਨ ਦਾ ਸਰਵ ਬਦਿਕ ਰੈਸੀਓ ਨੇ ਇਹ ਤੁਸਾਲ ਬ ਕਰ ਦੇਣਾ ਹੈ ਇਨ ਦੀ ਦਮੰਦਾ ਤੁਸੀਂ ਅੱਗੇ ਭੇਜ ਦੇਣਾ ਤੇ ਵੈਰੀਫਾਈ ਕਰ ਲੈਣੀ ਚੀਜ਼ਾਂ ਤੇ ਵੈਰੀਫਾਈ ਕਰਕੇ ਅੱਗੇ ਭੇਜਣਾ ਇੱਥੇ ਅੱਗੇ ਭੇਜੋਗੇ ਤਾਂ ਤੁਹਾਡਾ ਦਮੰਦਾ ਤਕਰੀਬਨ ਹੋ ਗੀ ਚੁਕਿਆ ਇੱਥੇ ਸਟੈਂਪਾ ਕਰ ਸਕਦੇ ਹੋ ਰਸੀਬਾ ਤਾ ਉਹਦਾ ਇੱਥੇ ਨੰਬਰ ਪ੍ਰੋਟੋਕੋਲ ਆ ਜਾਏਗਾ ਤੇ ਇੱਥੇ ਸਟੈਂਪਾ ਮੋਦੇਲ ਉਸ ਕਰ ਦਿਓ ਇਹ ਮੋਦੇਲ ਸਟੈਂਪਾ ਕਰ ਲੈਣਾ ਕਿਉਂਕਿ ਇਹ ਤੁਸੀਂ ਇਸ ਵਾਰੀ ਕਰਨਾ ਕਿ ਤੁਸੀਂ ਮਾਲਕ ਨੂੰ ਭੇਜਣਾ ਨੋਟ ਦਾ ਆਪਸ਼ਨ ਆਵੇਗਾ ਨੋਟ ਦੇ ਦਿਲ ਕਰੇ ਤਾਂ ਦੋ ਚਾਰ ਲਫ਼ਜ਼ ਲਿਖ ਦਿਓ ਆਬਲੀਗਟਰੀ ਨਹੀਂ ਹੈ ਨਹੀਂ ਦਿਲ ਕਰਦਾ ਤਾਂ ਨਾ ਲਿਖੋ ਤੇ ਸਾਲਵਾ ਨੋਟਾ ਸੇਵ ਕਰਨਾ ਲੋੜ ਜੀ ਲਿਖਣਾ ਤਾਂ ਨਹੀਂ ਲੋੜ ਨਹੀਂ ਲੋੜ ਤਾਂ ਨਹੀਂ ਦਿਲ ਹੈ ਤਾਂ ਨਾ ਲਿਖੋ ਜ਼ਰੂਰੀ ਨਹੀਂ ਹੈ ਲਿਖਣਾ ਠੀਕ ਹੈ ਤੁਹਾਡੀ ਆਪਣੀ ਮਰਜ਼ੀ ਹੈ ਇਹਦੇ ਵਿੱਚ ਇਹ ਮੋਦੈਲ ਸਤੰਪਾ ਰੇ ਕਰਨਾ ਹੈ ਸਤੰਪਾ ਮੋਦੈਲ ਰਜਿਵਤਾ ਵੀ ਰੱਖ ਲੈਣਾ ਇਹ ਨੰਬਰ ਪਰ ਤੋਂ ਕਾਲ ਤੁਹਾਡੇ ਇੱਥੇ ਲਿਖਿਆ ਹੋਣਾ ਤੇ ਮੋਦੈਲ ਸਤੰਪਾ ਰੇ ਕਰਕੇ ਕਿਉਂਕਿ ਤੁਸੀਂ ਇਹ ਮੋਦੈਲ ਉਹ ਇਸ ਤਰ੍ਹਾਂ ਦਾ ਮੋਦੈਲ ਤੁਹਾਨੂੰ ਆਫੀਸ਼ੀਅਲੀ ਜਿਹੜਾ ਨਿਕਲੇਗਾ ਇਹ ਤੁਸੀਂ ਭੇਜਣਾ ਆਪਣੇ ਮਾਲਕ ਨੂੰ ਮਾਲਕ ਨੂੰ ਸਾਰੇ ਡਾਕੂਮੈਂਟ ਭੇਜਨੇ ਨੇ ਜਿਹੜਾ ਤੋੜੇ ਲਵਰ ਤੁਹਾਡਾ ਠੀਕ ਹੈ ਜੀ ਤੇ ਇਹ ਤੋਂ ਬਾਅਦ ਤੁਸੀਂ ਇੱਕ ਵਾਰੀ ਇਹਨੂੰ ਕੰਸੋਲੇਸ਼ਨ ਐਨੁਕਲਿਕ ਕਰਕੇ ਇੱਥੇ ਚੈੱਕ ਕਰ ਲੈਣਾ ਕਿ ਤੁਹਾਡੇ ਦਮੰਦਾ ਜਿਹੜਾ ਹੈ ਹੋ ਗਿਆ ਪ੍ਰੋਪਰ ਇੱਥੇ ਤੁਹਾਨੂੰ ਪ੍ਰੋਟੋਕੋਲ ਓਕੇ ਆ ਜਾਣਾ ਹੈ ਇਹ ਤੁਹਾਡੀ ਡੇਟ ਜਿਹੜੀ ਹੈ ਨਾ ਤੁਸੀਂ ਕੀਤਾ ਨਾ 1/7/2022 ਤੋਂ ਬੀਚ 3 ਹੈ 2021 ਤੱਕ ਇਹ ਦਮੰਦਾ ਕੀਤਾ ਤਾਂ ਇਹ ਤੁਹਾਡਾ ਇੱਥੇ ਲਿਖਿਆ ਹੋਇਆ ਆ ਜਾਏਗਾ ਲੋ ਜੀ ਜੇ ਤਾਂ ਵੀਡੀਓ ਵਧੀਆ ਲੱਗਿਆ ਜੇ ਅੱਛੀ ਲੱਗਿਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮਸ ਕਮ ਬਾਕੀ ਨੇ ਵੀ ਹੈਲਪ ਹੋ ਸਕੇ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਜਾਸ ਦਿਓ ਫਿਰ ਮਾਨ ਲਾ